ਮਰਜ਼ਾ ਵਾਹਿਗੁਰੂ। ਮੈਂ ਵੀ ਖੁਦ ਵੀ ਅੰਮ੍ਰਿਤਸਰ ਤੋਂ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਔਰ ਬਸ ਪਰਮਾਤਮਾ ਦੀਆਂ ਬਲੈਸਿੰਗਸ ਲੈਣ ਵਾਸਤੇ ਆਏ ਹਾਂ। ਸੱਚੀ ਪਾਤਸ਼ਾਹ ਵਧੀਆ ਵਧੀਆ ਕਰਨ ਸਾਰਿਆਂ ਨੂੰ, ਥੈਂਕ ਯੂ ਜੀ। ਮੈਮ, ਬਿਮਾਰੀ ਆ, ਕੀ ਕੋਈ ਖਾਸ ਲੈ ਕੇ ਆਏ ਜੀ? ਹਾਂਜੀ, ਖਾਸ ਤਾਂ ਬਹੁਤ ਹੈ, ਪਰ ਗੁਰੂ ਘਰੇ ਖੜ ਕੇ ਇੱਦਾਂ ਦੀ ਗੱਲ ਕਰਨ ਦੇ ਲਈ ਨਾ ਥੋੜ੍ਹਾ ਜਿਹਾ ਇੱਦਾਂ ਜਿਹਾ ਹੋ ਰਿਹਾ ਆ। ਪਰ ਤੁਸੀਂ ਟ੍ਰੇਲਰ ਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਮੂਵੀ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓਗੇ। ਬਾਕੀ ਵਾਹਿਗੁਰੂ ਦੇ ਹੱਥ ਹੈ, ਬਸ ਉਹਨਾਂ ਦੇ ਆਸ਼ੀਰਵਾਦ ਲੈਣ ਆਏ ਹਾਂ। ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਹੈ, ਕਿਸ ਨਾਮ ਦੇ? ਭਾਅ ਜੀ, ਦੱਸਣ ਦਾ ਨਾ ਇੱਥੇ ਇੱਥੇ ਖੜ੍ਹੇ ਹੋ ਕੇ ਗੱਲ ਕਰਨ ਦਾ ਨਾ ਥੋੜ੍ਹਾ ਜਿਹਾ ਉਹ ਹੌਸਲਾ ਨਹੀਂ ਪੈ ਰਿਹਾ ਹੈਗਾ, ਕਿਉਂਕਿ ਖੁਦ ਨੂੰ ਨਹੀਂ ਉਹ ਵਧੀਆ ਉਹ ਚੀਜ਼ ਲੱਗਦੀ। ਬਸ ਵਾਹਿਗੁਰੂ ਆਪਣਾ ਹੀ ਕਿਰਪਾ ਦੇਵੇ। ਸਾਡੀ ਜਿਹੜੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਸਾਡੇ ਨਾਲ ਰਾਵੀ ਜੀ ਆਏ ਨੇ, ਥਿਨ ਮੋਸ਼ਨਸ ਅਤੇ ਜੈਪ ਪ੍ਰੋਡਕਸ਼ਨ ਨੇ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ। ਸੋ ਅਸੀਂ ਸਾਰੀ ਟੀਮ ਆਸ਼ੀਰਵਾਦ ਲੈਣਾ ਹੈ ਵਾਹਿਗੁਰੂ ਜੀ। ਹਾਂਜੀ ਹਾਂਜੀ, ਨਹੀਂ ਮੈਂ ਉਸ ਤੋਂ ਪਹਿਲਾਂ ਸ਼ੇਰ ਬੱਗਾ ਕੀਤੀ ਸੀ, ਸੋ ਇਹ ਮੇਰੀ ਡੈਬਿਊ ਪਹਿਲੀ ਮੂਵੀ ਹੈ। ਆਸ਼ੀਰਵਾਦ ਲੈਣਾ ਹੈ ਬਾਬਾ ਜੀ ਦਾ। ਐਂਡ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਇੱਥੇ ਆਪਾਂ ਨੂੰ ਗੱਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਾਂ ਰੱਬ ਦੇ ਘਰ ਆਏ ਹਾਂ, ਹੈ ਨਾ। ਅਤੇ ਇੱਥੇ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਪਾਠ ਕਰਕੇ, ਕਿ ਜਿੰਨੀ ਮਿਹਨਤ ਕੀਤੀ ਸਾਰੀ ਟੀਮ ਨੇ, ਉਹਦਾ ਸਾਰਿਆਂ ਦਾ ਵਧੀਆ ਹੋਵੇ, ਸਾਰਿਆਂ ਦਾ ਫਿਊਚਰ ਵਧੀਆ ਹੋਵੇ। ਐਂਡ ਜਿਨ੍ਹਾਂ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ, ਥਿਨ ਮੋਸ਼ਨ ਪਿਕਚਰਸ ਐਂਡ ਜੈਪ ਸਟੂਡੀਓਜ਼, ਉਹ ਵੀ ਨਾਲ ਆਏ, ਦੀਪ ਸਹਿਗਲ ਜੀ, ਚੰਨੀ ਜੀ, ਸੋ ਸਾਰਿਆਂ ਦਾ ਪਰਮਾਤਮਾ ਸਾਹਿਬ 'ਤੇ ਮਿਹਰ ਹੱਥ ਰੱਖੇ। ਸਿਰਫ ਕਿਸ ਤਰ੍ਹਾਂ ਦੀ ਸਟੋਰੀ ਇਸ ਫਿਲਮ ਦੇ ਵਿੱਚ? ਮੈਨੂੰ ਤਾਂ ਲੱਗਦਾ ਮੇਰਾ ਜੀ ਨਹੀਂ ਕਰ ਰਿਹਾ ਤੁਹਾਨੂੰ ਫਿਲਮ ਦੀ ਕਹਾਣੀ ਗੁਰਦੁਆਰੇ ਖੜ ਕੇ ਦੱਸਣ ਲਈ। ਸੋ ਕੀ ਖਾਸ ਦਰਸ਼ਕਾਂ ਲਈ ਮੈਸੇਜ ਆ ਕਿ ਪੰਜਾਬ ਲਈ ਜਿਹੜੀ ਇੱਕ ਬਹੁਤ ਜ਼ਰੂਰੀ ਚੀਜ਼ ਆ, ਜਿਹੜੀ ਪੰਜਾਬ ਨੂੰ ਜਾਣਨੀ ਚਾਹੀਦੀ, ਉਹ ਇਸ ਫਿਲਮ ਦੇ ਵਿੱਚ ਹੈਗੀ ਆ। ਕਿ ਜਿਵੇਂ ਕਿ ਪੰਜਾਬ ਫਿਲਮ ਦੇ ਵਿੱਚ ਇੱਕ ਸਵਾਲ ਆ ਕਿ ਇੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ, ਅੱਜ ਤੱਕ ਇੱਕ ਵੀ ਸਰਕਾਰੀ ਹੋਸਪਿਟਲ ਪ੍ਰਾਈਵੇਟ ਹੋਸਪਿਟਲ ਤੋਂ ਵਧੀਆ ਕਿਉਂ ਨਹੀਂ ਆ? ਸੋ ਇਹਦਾ ਜੇ ਤੁਹਾਡੇ ਕੋਲ ਕਿਸੇ ਕੋਲ ਜਵਾਬ ਹੈਗਾ ਤੁਸੀਂ ਦੇ ਦਿਓ। ਤਾਂ ਇਹ ਸਵਾਲ ਜਿਹੜਾ ਮੈਨੂੰ ਲੱਗਦਾ ਕਦੀ ਕਿਸੇ ਨੇ ਪੁੱਛਿਆ ਨਹੀਂ ਆ। ਸੋ ਇਹ ਫਿਲਮ ਇਹ ਸਵਾਲ ਪੁੱਛਦੀ ਹੈ। ਸਰ ਕਿੰਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ? 17 ਮਈ ਨੂੰ। ਭਾਈ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਤੁਹਾਡਾ ਆਸ਼ੀਰਵਾਦ ਚਾਹੀਦਾ, ਤੁਹਾਡੀਆਂ ਦੁਆਵਾਂ ਚਾਹੀਦੀਆਂ, ਤੁਹਾਡੀਆਂ ਅਰਦਾਸਾਂ ਚਾਹੀਦੀਆਂ। ਬਸ ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।